happened, Samra? वही बहुत अंदर है। I want to go here. इसमें नहीं फिट होती ना, वो खराब हो रही है तेरी पॉकेट। चलो दे। I'm getting late. तो पानी पीना ही नहीं फिर? पियेगी? पानी पिया करो, अच्छा? Good girl. Go to school. नहीं जानी किधर है। No, daddy, it's gonna fall out if he does like that. चल जाओ। वो चली भी गई है तो कल्ली रह गई है। जा जा, लेट हो गई। हाँ ले, मेरा नाल आ गई। तेरे डैडी छोड़ के आना ना, तो तेरे डैडी लेट कर रहे हैं, मैं नहीं कर रही। वो मेरा नाल आ गई। हाँ तू भी मेरा लाई जाओ, तो आ जाओ पूछ के आना फिर तोड़े का। चल गुड गुड बाय, गो टू स्कूल राइट नाउ। बच्चे मेरे स्कूल चले, माशाल्लाह, गुड गर्ल समरा। मेरा पीछे मैं रह गई नहीं, कम्मा जो गई कम शम करने वास्ते, नाल नाल चुका होनी तो फिर ही कम बनेगा। खलारा जिन्ना भी चुको फिर उथे तो उथे ही होंगे। अज कोई स्पेशल बन रही है माशाल्लाह, गंडिया नाल तरन तीन गंडे पाए ने मैं, तो कम अज कम 150 किलो लैम कीमा होएगा, ते अदरक लहसुन हरिया मिर्चा, लहसुन जेड़ा मैं माइक्रो च रखिया कढ़ा उतो, ते लहसुन छिल के ते नाल ग्राइंड करांगी। तीन टमाटर पान लगी हां, ते अज मैं लगी हां बनाउन लज़ानिया। माशाल्लाह बड़ा मज़े वाला। अदरक लहसुन हरिया मिर्चा भी पा दी पीस के। क्या? I forgot to give the token to my teacher. Oh. And I was tomorrow de dena. Lecturing. I was cleaning up. Acha. Masale di wari aa gayi. Bismillah rahman. 1.5 kilo hai te is wajah to 1.5 chamach paawange. ਸਿਰਫ ਮਿਰਚ, ਕਿਉਂਕਿ ਲਾਲ ਮਿਰਚ ਵੀ ਉਹ ਵੀ ਪਾਈ ਹੈ, ਹਰੀ ਮਿਰਚ ਵੀ, ਕਾਲੀ ਵੀ ਪਾਉਣੀ ਹੈ, ਅਤੇ ਇਸ ਤੋਂ ਲਾਲ ਥੋੜ੍ਹੀ ਪਾਵਾਂਗੀ। ਅਤੇ 1.5 ਚਮਚ ਹੈ ਹੋ ਗਿਆ ਜ਼ੀਰਾ, ਸੁੱਕਾ ਧਨੀਆ, ਸਾਰਾ ਕੁਛ। ਹੁਣ ਇਹਦੇ 'ਚ ਮੈਂ ਪਾਵਾਂਗੀ ਥੋੜ੍ਹਾ ਜਿਹਾ ਪਾਣੀ, ਥੱਲੇ ਲੱਗਣ ਡਿਆ ਸੀ। ਮੈਂ ਧੁੱਪ ਬੜੀ ਸੋਹਣੀ ਲੱਗੀ ਮਾਸ਼ਾਅੱਲਾ, ਅਤੇ ਮੇਰੇ ਭਾਂਡੇ ਇਕੱਠੇ ਹੋ ਗਏ ਨੇ ਡਿਸ਼ਵਾਸ਼ਰ ਵਾਸਤੇ, ਮੈਂ ਹਾਲੇ ਰੱਖਣ ਨਹੀਂ ਡਈ। ਮੈਂ ਕਿਹਾ ਜ਼ਰਾ ਉਹ ਨਾ ਫਿਰ ਗੰਦ ਜਿਹੜਾ ਨਾ ਡਰਾਈ ਹੋ ਜਾਂਦਾ, ਮੈਂ ਸਾਰੇ ਇਕੱਠੇ ਹੋ ਜਾਣ ਨਾ ਤਾਂ ਫਿਰ ਰੱਖਾਂਗੀ। ਟਮਾਟਰ ਹੁਣ ਪਾਵਾਂ, ਥੋੜ੍ਹਾ ਜਿਹਾ ਪਾਣੀ ਪਾ ਕੇ ਅਤੇ ਤੈਨੂੰ ਰੱਖਾਂਗੀ ਤਾਂ ਕਿ ਥੋੜ੍ਹਾ ਗਲ ਜਾਏ ਸਾਰਾ ਕੁਛ। ਫਿਰ ਇਹ 'ਚ ਮੈਂ ਕੀਮਾ ਪਾਵਾਂਗੀ। ਅੱਜ ਮੈਂ ਥੋੜ੍ਹਾ ਜ਼ਿਆਦਾ ਲਜ਼ਾਨੀਆ ਬਣਾਉਣਾ ਹੈ, 1.5 ਕਿਲੋ ਦਾ, ਅੱਗੇ ਮੈਂ ਕਿਲੋ ਦਾ ਬਣਾਉਂਦੀ ਹਾਂ ਅਤੇ ਥੋੜ੍ਹਾ ਬਣਦਾ। ਅੱਜ ਮੈਂ 1.5 ਟੱਬਾ ਸ਼ੀਟਾਂ ਪਾਵਾਂਗੀ। ਕੁੜੀਆਂ ਫਿਰ ਵੀ ਮੰਗਦੀਆਂ ਰਹਿੰਦੀਆਂ ਨੇ ਕਿ ਲਗਾਨੀਆਂ ਖਤਮ ਹੋ ਜਾਂਦੀਆਂ, ਅਤੇ ਮੈਂ ਨਹੀਂ ਹਾਂ ਅੱਜ ਮੈਂ ਨਾ ਬਣਾਉਂਦੀ ਨਹੀਂ, ਵਾਹਵਾ ਅਰਸੇ ਬਾਅਦ ਦੀਆਂ, ਅਤੇ ਫਿਰ ਮੈਂ ਨਹੀਂ ਜ਼ਰਾ ਰੱਜ ਕੇ ਖਾਣ ਅਤੇ ਜ਼ਿਆਦਾ ਬਣਾ ਦਾਂ ਇੱਕੋ ਵਾਰੀ, ਕਿਉਂਕਿ ਇੰਨੀ ਮਿਹਨਤ ਹੁੰਦੀ ਹੈ ਵੀ ਮੈਨੂੰ ਸ਼ੀਟਾਂ ਦਾ ਬੜਾ ਸਿਆਪਾ ਲੱਗਦਾ ਉਬਾਲਣ ਦਾ, ਅਤੇ ਇਸ ਵਜ੍ਹਾ ਤੋਂ ਫਿਰ ਮੈਂ ਨਾ ਇੱਕੋ ਵਾਰੀ ਜੋ ਹੋਣਾ ਨਾ ਹੋਈਏ।
ਚਲੋ ਹੁਣ ਮੈਂ ਜ਼ਰਾ ਇਹਨਾਂ ਵੱਖਾਂ ਤਾਂ ਆ ਕੇ ਟਮਾਟਰ ਸ਼ਮਾਟਰ ਹਰ ਚੀਜ਼ ਤਲ ਜਾਏ, ਫਿਰ ਮੈਂ ਵਿੱਚ ਕੀਮਾ ਪਾਵਾਂਗੀ। ਜੀ ਲਜ਼ਾਨੀਆ ਸ਼ੀਟਾਂ ਮੈਨੂੰ ਇਹ ਬੜੀਆਂ ਪਸੰਦ ਨੇ, ਇਹ ਸੂਜੀ ਦੀਆਂ ਬਣੀਆਂ ਨੇ ਅਤੇ ਇਹ ਵਾਲੀਆਂ ਉਸ ਦਿਨ ਹੈ ਹੀ ਕੋਈ ਨਹੀਂ ਸਨ, ਕਿਧਰੋਂ ਹੀ ਲੱਭਦੀਆਂ ਨਹੀਂ ਸਨ ਪਈਆਂ ਅਤੇ ਮੈਨੂੰ ਇਹ ਨਜ਼ਰ ਆਈਆਂ ਅਤੇ ਮੈਂ ਇਹ ਚੁੱਕ ਲਿਆਈ ਹਾਂ। ਤਾਂ ਹੁਣ ਪਤਾ ਨਹੀਂ ਇਹਦਾ ਕੀ ਟੇਸਟ ਹੈ, ਲੇਕਿਨ ਹੁਣ ਡਿਫਰੈਂਟ ਡਿਫਰੈਂਟ ਨੇ। ਲੇਕਿਨ ਇਹ ਡੱਬਾ ਪੂਰਾ ਪਾਵਾਂਗੀ ਅਤੇ ਇਹ ਹੋ ਸਕਦਾ ਅੱਧਾ ਪਾਵਾਂ ਅਤੇ ਜਾਂ ਪੂਰਾ ਪਾ ਲਾਂ, ਕੋਈ ਪਤਾ ਨਹੀਂ। ਅਤੇ ਕਸੂਰੀ ਮੇਥੀ ਵੀ ਥੋੜ੍ਹੀ ਪਾਵਾਂਗੀ ਇਹਦੇ 'ਚ, ਤਾਂ ਬੜਾ ਮਜ਼ੇ ਦਾ ਟੇਸਟ ਆਉਂਦਾ ਅਤੇ ਜਿਹੜਾ ਮੈਂ ਰੋਜ਼ ਹੀ ਭੁੱਲ ਜਾਂਦੀ ਹਾਂ। ਮੈਂ ਹਾਂਡੀ 'ਚ ਜ਼ਰੂਰ ਪਾਉਂਦੀ ਹੁੰਦੀ ਹਾਂ ਪਰ ਭੁੱਲ ਜਾਂਦੀ ਹਾਂ ਅਤੇ ਫਿਰ ਰਹਿ ਜਾਂਦੀ। ਇਹਦਾ ਬੜਾ ਮਜ਼ੇ ਦਾ ਟੇਸਟ ਆਉਂਦਾ, ਸਾਲਨ ਬਣਾਉਂਦੀ ਹਾਂ ਅਤੇ ਰਮੀਸਾ ਕੀ ਬਣਾ ਕੇ ਲਿਆਈ ਹੈ, ਮੈਕਰੋਨੀ। ਤਾਂ ਮੈਂ ਆਪਣੇ ਲਈ ਕਿਆ ਬਣਾ ਰਹੀ ਹਾਂ ਜੀ, ਨਾ ਗੈਸ ਗੈਸ ਵਾਟ ਮੈਂ ਕਿਆ ਬਣਾ ਰਹੀ ਹਾਂ, ਆਓ ਆਪਕੋ ਕੈਸੇ ਪਤਾ, ਹਾਓ ਡੂ ਯੂ ਨੋ। ਓਕੇ ਮੇਰਾ ਮਸਾਲਾ ਹੋ ਚੱਲਾ, ਹੁਣ ਮੈਂ ਭੁੰਨ ਕੇ ਪਾਵਾਂ ਕੀਮਾ, ਕਿ ਮੈਂ ਵੀ ਧੋ ਕੇ ਰੱਖ ਛੱਡਿਆ ਸੀ ਅਤੇ ਹੁਣ ਮੈਂ ਪਾਣੀ ਵੀ ਬੋਇਲ ਕਰ ਲਿਆ ਫੋਰ ਲਜ਼ਾਨੀਆ। ਇਹਦੇ 'ਚ ਪਾਵਾਂ ਹੁਣ ਬੋਇਲ ਕਰਨ ਵਾਸਤੇ, ਮੇਰੀਆਂ ਸ਼ੀਟਾਂ ਬੜੀਆਂ ਹੀ ਸਟਿੱਕੀ ਹੋ ਜਾਂਦੀਆਂ ਸਨ, ਜੁੜ ਜਾਂਦੀਆਂ ਸਨ, ਅਤੇ ਮੈਂ ਇੱਕ ਦਿਨ ਟ੍ਰਿਕ ਕੀਤੀ ਨਮਕ ਅਤੇ ਕੁਕਿੰਗ ਓਇਲ, ਬਿਸਮਿਲਲਾ, ਥੋੜ੍ਹਾ ਜਿਹਾ ਕੁਕਿੰਗ ਓਇਲ ਅਤੇ ਨਮਕ ਮੈਂ ਪਾਇਆ ਅਤੇ ਬਿਲਕੁਲ ਨਹੀਂ ਸਨ ਜੁੜੀਆਂ ਜ਼ਰਾ ਜਿੰਨੀਆਂ ਵੀ, ਅਤੇ ਅੱਜ ਵੀ ਕਰਨੀ ਆ, ਅੱਲਾ ਕਰੇ ਨਾ ਹੀ ਜੁੜਨ। ਚੁੱਲ੍ਹਾ ਹੋ ਗਿਆ, ਥੋੜ੍ਹਾ ਜਿਹਾ ਹੋਰ ਪਾ ਲਾਂ ਪਾਣੀ, ਮੈਂ ਕੈਟਲ 'ਚ ਬੋਇਲ ਕਰਕੇ ਪਾਇਆ, ਇਸ ਵਜ੍ਹਾ ਤੋਂ ਹੁਣ ਲਜ਼ਾਨੀਆ ਸ਼ੀਟਾਂ ਵਿੱਚ ਸੱਟਾਂ। ਮਾਸ਼ਾਅੱਲਾ ਮਾਸ਼ਾਅੱਲਾ ਬਿਸਮਿਲਲਾਹ ਰਹਿਮਾਨ ਰਹੀਮ, ਇੱਕ ਇੱਕ ਕਰਕੇ ਖਿਲਾਰ ਕੇ ਰੱਖਾਂਗੀ, ਅਗੋ ਫਿਰ ਜਾ ਕੇ ਆਪੇ ਹੀ ਡੁੱਬ ਕੇ ਵਿੱਚ ਇਕੱਠੀਆਂ ਹੋ ਜਾਂਦੀਆਂ ਨੇ। ਇੱਕ ਦਫ਼ਾ ਮੈਂ ਲੈ ਕੇ ਆਈ ਸੀ ਤਾਂ ਇਸ ਤਰ੍ਹਾਂ ਲਾਈਨਾਂ ਲਾਈਨਾਂ ਲੱਗੀਆਂ ਸਨ, ਤਾਂ ਮੈਂ ਸਮਝੀ ਡਿਜ਼ਾਇਨ ਨਹੀਂ ਪਤਾ ਨਹੀਂ ਬਣਿਆ ਸੀ, ਅਤੇ ਉਹ ਜਦੋਂ ਉਬਲੀਆਂ ਤਾਂ ਉਹ ਟੁੱਟ ਗਈਆਂ ਸਨ, ਉਹ ਸਟ੍ਰਿਪ 'ਚ ਬਣ ਗਏ ਸਨ। ਅਤੇ ਮੈਨੂੰ ਵੈਸੇ ਇਹਦਾ ਬੜਾ ਮਜ਼ੇ ਦਾ ਟੇਸਟ, ਇਹ ਸੂਜੀ ਦੀਆਂ ਨੇ, ਹੈਲਥੀ ਲਜ਼ਾਨੀਆ। ਵੈਸੇ ਤਾਂ ਲਵੋ ਜਾ ਕੇ ਅਤੇ 4.5 ਪਾਉਂਡ ਦੀ ਨਿੱਕੀ ਜਿਹੀ ਟਰੇ ਮਿਲਦੀ ਹੈ ਅਤੇ ਕੋਈ ਰੱਜਦਾ ਵੀ ਨਹੀਂ ਹੈ, ਅਤੇ ਇਹ 10-15 ਪਾਉਂਡ ਲੱਗ ਜਾਂਦੇ ਨੇ, ਚੀਜ਼ ਵੀ ਇਹ 'ਚ ਬੜੀ ਪੈਂਦੀ ਹੈ ਨਾ, ਬਲਕਿ 20-25 ਪਾਉਂਡ ਲੱਗ ਜਾਂਦੇ ਨੇ, ਅਤੇ ਸਹੀ ਰੱਜ ਕੇ ਖਾਧੀਆਂ ਜਾਂਦੀਆਂ, ਮਜ਼ਾ ਆ ਜਾਂਦਾ ਖਾਣ ਦਾ। ਅਤੇ ਇਸ ਤੋਂ ਬਿਹਤਰ ਇਹ ਹੀ ਹੈ ਕਿ ਬੰਦਾ ਘਰ ਬਣਾ ਲਏ, ਹੈਲਥੀ ਸਾਰਾ ਕੁਛ, ਅੱਛੀਆਂ ਚੀਜ਼ਾਂ। ਪਾਣੀ ਥੋੜ੍ਹਾ ਮੈਂ ਬੋਇਲ ਕਰਨਾ ਰੱਖਿਆ ਕੈਟਲ 'ਚ, ਹੋਰ ਪਾਵਾਂਗੀ ਵਿੱਚ, ਅਤੇ ਦੋ ਇੱਕ ਡੱਬਾ ਜਿਹੜਾ ਪਾਣੀ ਪਾਵਾਂ ਨਾ ਅਤੇ ਫਿਰ ਪਾਵਾਂਗੀ ਵਿੱਚ। ਬਾਅਦ 'ਚ ਮੈਂ ਚਿਮਟੇ ਨਾਲ ਫਿਰ ਖੋਲ੍ਹਦੀ ਰਹਿੰਦੀ ਹੁੰਦੀ ਹਾਂ, ਇਸ ਤਰ੍ਹਾਂ ਖਾਲੀ ਜ਼ਰਾ ਪਾਣੀ ਪਾ ਕੇ ਥੋੜ੍ਹੀਆਂ ਉਬਲ ਲੈਣਾ, ਫਿਰ ਦੋਵੇਂ ਡੱਬੇ ਖਾਲੀ ਸੱਠਾਂ ਬਿਨ 'ਚ। ਅਤੇ ਇੱਧਰੋਂ ਮੈਂ ਮਸਾਲਾ ਵੀ ਭੁੰਚ ਲਿਆ, ਅਤੇ ਹੁਣ ਇਹਦੇ 'ਚ ਮੈਂ ਪਾਵਾਂਗੀ ਕੀਮਾ, ਘਿਓ ਬਿਲਕੁਲ ਮੈਂ ਥੋੜ੍ਹਾ ਪਾਇਆ, ਵੈਸੇ ਵੀ ਮੈਂ ਥੋੜ੍ਹਾ ਹੀ ਪਾਉਂਦੀ ਹਾਂ, ਅਤੇ ਇਹਦੇ 'ਚ ਇਸ ਵਜ੍ਹਾ ਤੋਂ ਵੀ ਥੋੜ੍ਹਾ ਪਾਇਆ ਕਿਉਂਕਿ ਇਹ ਵਿੱਚ ਕੀਮੇ 'ਚ ਵੀ ਘਿਓ ਨਿਕਲੇਗਾ, ਅਤੇ ਚੀਜ਼ ਜਿਹੜੀ ਪਾਉਣੀ ਹੈ ਲਜ਼ਾਨੀਆ 'ਚ ਉਹਦੇ 'ਚ ਵੀ ਘਿਓ ਹੋਏਗਾ, ਕਿਉਂਕਿ ਬਹੁਤ ਓਇਲੀ ਹੋ ਜਾਂਦਾ, ਇਸ ਵਜ੍ਹਾ ਤੋਂ ਫਿਰ ਓਇਲ ਥੋੜ੍ਹਾ ਪਾਉਂਦੀ ਹਾਂ ਮੈਂ ਇਹਦੇ 'ਚ। ਵੈਸੇ ਮੈਂ ਇੰਨਾ ਹੀ ਹਾਂਡੀ 'ਚ ਪਾਉਂਦੀ ਹੁੰਦੀ ਹਾਂ, ਜ਼ਿਆਦਾ ਨਹੀਂ ਪਾਉਂਦੀ, ਲੇਕਿਨ ਇਹਦੇ 'ਚ ਜ਼ਿਆਦਾ ਕੋਸ਼ਿਸ਼ ਕਰੀਦੀ ਕਿ ਘੱਟ ਪਾਓ ਕਿਉਂਕਿ ਚੀਜ਼ ਵੀ ਪਾਉਣੀ ਹੁੰਦੀ ਹੈ,
ਓਇਲੀ ਓਇਲੀ ਹੋ ਜਾਂਦਾ, ਮੈਂ ਕੀਮਾ ਪਾ ਕੇ ਭੁੰਨਾ ਇਹਨੂੰ। ਕੀਮਾ ਮੈਂ ਭੁੰਨਣ ਲਾ ਪਈ ਹਾਂ ਅਤੇ ਹੁਣ ਇਹਨੂੰ ਭੁੰਨ ਕੇ ਥੋੜ੍ਹਾ ਜਿਹਾ ਭੁੰਨਣਾ, ਜ਼ਿਆਦਾ ਨਹੀਂ, ਅਤੇ ਇਹਨੂੰ ਫਿਰ ਲਾ ਦਾਂਗੇ ਥੋੜ੍ਹਾ ਜਿਹਾ ਪਾਣੀ ਪਾ ਕੇ ਤਾਂ ਕਿ ਗਲ ਜਾਏ ਅਤੇ ਫਿਰ ਦੁਬਾਰਾ ਸੇਕ ਤਰ੍ਹਾਂ ਭੁੰਨਾਂਗੇ। ਹੁਣ ਮੈਂ ਅੱਧਾ ਕੁ ਕੱਪ ਵਿੱਚ ਪਾਣੀ ਪਾਵਾਂਗੀ ਅਤੇ ਦੋ ਜਾਂ ਚਿੱਟੇ ਕਰੀਮੀ ਸੌਸ ਭੁੱਜ ਗਿਆ ਮਾਸ਼ਾਅੱਲਾ। ਹੁਣ ਮੈਂ ਕੁਛ ਲੋਕ ਇਹਨਾਂ ਦੀਆਂ ਵੀ ਤਹਿਵਾਂ ਲਾਉਂਦੇ ਨੇ, ਇਹ ਵੀ ਤਹਿ ਲਾਵਾਂਗੀ ਮੈਂ ਅਤੇ ਇਹ ਜਿਹੜਾ ਨਾ ਮੈਂ ਇਸ ਵਿੱਚ ਸੁੱਟਣ ਲੱਗੀ ਹਾਂ। ਜਿਸ ਤਰ੍ਹਾਂ ਪਾਸਤਾ ਨਹੀਂ ਬਣਾਈਦਾ ਇਸ ਤਰ੍ਹਾਂ, ਉਹਨਾਂ ਵਿੱਚ ਪਾ ਕੇ ਅਤੇ ਇਹਨੂੰ ਪਕਾ ਲਾਂ ਅਤੇ ਫਿਰ ਮੈਂ ਚੀਜ਼ ਰਗੜਨੀ ਆ। ਮਾਸ਼ਾਅੱਲਾ ਮੇਰਾ ਲਜ਼ਾਨੀਆ ਰੈਡੀ ਹੈ ਅਤੇ ਹੁਣ ਮੈਂ ਬੱਚਿਆਂ ਨੂੰ ਦੋਵਾਂ ਭੁੱਖ ਲੱਗੀ ਹੈ ਸਾਰਿਆਂ ਨੂੰ। ਮੈਂ ਵੀਡੀਓ ਪੂਰੀ ਨਹੀਂ ਬਣਾਈ ਸੀ, ਥੱਕ ਗਏ ਸਾਂ, ਉਹੀ ਬਸ ਤੈਵਾਂ ਹੀ ਲਾਈਆਂ ਨੇ ਸ਼ੀਟਾਂ ਵਗੈਰਾ ਜਦੋਂ ਹੋ ਗਈਆਂ ਸਨ। ਕੀਮਾ ਅਤੇ ਵਾਈਟ ਸੌਸ ਅਤੇ ਸ਼ੀਟਾਂ ਹੁਣ ਮੈਂ ਪਾ ਕੇ ਬੱਚਿਆਂ ਨੂੰ ਦੇਵਾਂ। ਅਸਲ 'ਚ ਮੈਂ ਥੱਕ ਬੜੀ ਗਈ ਹਾਂ ਅਤੇ ਮੇਰੇ ਕੋਲ ਬਿਲਕੁਲ ਨਹੀਂ ਹਿੰਮਤ ਕਿ ਮੈਂ ਕੋਈ ਐਕਸਟਰਾ ਕੰਮ ਕਰਾਂ। ਮਾਸ਼ਾਅੱਲਾ ਜ਼ਬਰਦਸਤ ਸਮਰਾ ਯੇਲੋ ਲਜ਼ਾਨੀਆ, ਯੂ ਹੰਗਰੀ? ਆ ਜਾ ਫਿਰ। ਔਰ ਕਿਸਨੇ ਲੈਣਾ ਹੈ? ਹੂ ਵਾਂਟਸ ਲਜ਼ਾਨੀਆ? ਆਈ ਥਿੰਕ ਕਿਸੇ ਨੇ ਨਹੀਂ ਲੈਣਾ, ਲੈ ਲਓ।